ਤਕਾਈ ਸਕੂਲ ਮੈਂ ਸਤੰਬਰ ਗਏ ਤੇ ਨਾ ਇੱਕ ਨਵੇਂ ਰਾਊਂਡ ਦੇ ਅੰਦਰ ਆ ਚੁੱਕਾ ਤਾਂ ਪਿਛਲੇ ਰਾਊਂਡ ਵਿੱਚ ਸਰ ਸਿਰਫ ਇੱਕ ਸਕਿੰਟ ਤੋਂ ਮੈਂ ਹਾਰ ਗਿਆ ਯਾਰ, ਇੱਕ ਸਕਿੰਟ ਮੈਂ ਹੋਰ ਵਿੱਚ ਟੇਕ ਜਾਂਦਾ ਨਾ ਮੈਂ ਜਿੱਤਿਆ ਨਾ ਸੀਗਾ ਆਲ ਰਾਊਂਡ। ਪਰ ਚਲੋ ਕੋਈ ਗੱਲ ਨਹੀਂ, ਗੇਮ ਹੈਗੀ, ਹਾਰ ਜਿੱਤ ਲੱਗੀ ਰਹਿੰਦੀ ਹੈਗੀ ਹੈ, ਅਤੇ ਆਪਾਂ ਹਾਰ ਨਹੀਂ ਮੰਨੀ, ਆਪਾਂ ਹੁਣ ਆਪਾਂ ਆ ਗਏ ਦੇ ਆਪਣੇ ਨੈਕਸਟ ਨਵੇਂ ਗੇਮ ਦੇ ਅੰਦਰ। ਡਨ, ਉਹੀ ਪਹਿਲੇ ਵਾਲਾ ਰਾਊਂਡ, ਇਹਦੇ 'ਚ ਮੈਂ ਆਰਾਮ ਨਾਲ ਨਿਕਾਲ ਲੂੰਗਾ, ਕੁਆਲੀਫਾਈ ਆਪਾਂ ਕਰ ਜਾਵਾਂਗੇ। ਅਤੇ ਚਲੋ ਆਪਾਂ ਹੁਣ ਪੱਜੀਏ। ਓਏ ਹੋਏ 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 ਯਾਰ, ਪਹਿਲੇ ਵਾਲੀ ਚਿੱਠੀ ਥੱਲੇ ਡਿੱਗ ਗਈ। ਚਲੋ ਕੋਈ ਗੱਲ ਨਹੀਂ, ਉਹ ਸ਼ਿਟ, ਇਹ ਗਲਤੀ ਨਾਲ ਹੋ ਗਿਆ। ਛੇ ਜਣੇ ਯਾਰ ਕੁਆਲੀਫਾਈ ਵੀ ਕਰ ਗਏ। ਹੁਣ ਚਲੋ ਕੇ ਯਾਰ, ਕਈ ਲੋਕ ਤਾਂ ਖਲੋ ਕੇ ਉੱਥੇ ਇੰਤਜ਼ਾਰ ਕਰਦੇ ਨੇ ਕਿ ਪਿੱਛੋਂ ਦੀ ਬੰਦੇ ਆਣਗੇ, ਆਪਾਂ ਫਟਾਫਟ ਕੁਆਲੀਫਾਈ ਕਰ ਜਾਵਾਂਗੇ। ਹੱਦ ਹੁੰਦੀ ਯਾਰ, ਮਤਲਬ ਸੀਰੀਅਸਲੀ। ਕੈਪਚਰ ਫਲੈਗਸ, ਓਕੇ। ਹੁਣ ਮੈਂ ਕਰਨਾ ਪਤਾ ਨਹੀਂ ਕੀ ਹੈਗਾ। ਓਏ ਇਹ ਕਿਉਂ ਗਿਆ? ਓਕੇ 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 ਓਕੇ, ਫਲੈਗਸ ਲਗਾਉਣੇ ਨੇ। ਇਹਦੇ 'ਚ ਨਹੀਂ ਲੱਗਦਾ ਬਾਜ਼ਾਰ ਮੈਂ ਜਿੱਤਦਾ। ਓ ਸ਼ਿਟ, ਓ ਯਾਰ ਹੱਦ ਹੁੰਦੀ ਹੈ। ਆਪਾਂ 7 ਫਲੈਗ ਲਗਾ ਲਏ ਨੇ। ਫਿਰ ਦੁਬਾਰਾ 5-5 ਦੀ ਬਰਾਬਰੀ ਹੋ ਗਈ। ਸਿਰਫ ਆਪਾਂ 1 ਫਲੈਗ ਵੀ ਲਗਾ ਲਿਆ ਨਾ, ਆਪਾਂ ਗੇਮ ਜਿੱਤਾਂਗੇ। ਓਏ ਇਹ ਕੀ ਹੋ ਗਿਆ? ਉਹ ਤੇਰੀ ਯਾਰ, ਉਹਨੇ 6 ਫਲੈਗ ਲਗਾ ਲਏ। ਹੱਦ ਹੁੰਦੀ ਹੈ, ਫਲੈਗ ਕਿਉਂ ਨਹੀਂ ਚੇਂਜ ਕਰਦਾ ਪਿਆ? ਉਹ ਤੇਰੀ ਯਾਰ, ਐਲੀਮੀਨੇਟ ਹੋ ਗਿਆ ਆਪਾਂ। ਸ਼ਟ, ਨੀਚੇ ਡਿੱਗ ਗਿਆ ਮੈਂ ਲੇ।